ਹੈਲੋ ਹੈਲੋ ਐਵਰੀਵਨ, ਸਾਰਿਆਂ ਨੂੰ ਸਲਾਮ, ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਆਪਾਂ ਉਸਤਾਦ ਸਾਰਿਆਂ ਤੋਂ ਵੱਡੇ ਖਲੀਫੇ, ਜਿਨ੍ਹਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਚੇਲੇ ਨੇ, ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਦੇ ਸ਼ਗਿਰਦ ਨੇ, ਉਸਤਾਦ ਜ਼ੈਕੀ ਦੇ। ਮੈਂ ਕਹਿੰਦਾ ਮੈਂ ਬਹੁਤ ਬਹੁਤ ਪਿਆਰ ਕੀਤਾ ਇਹਨਾਂ ਨੇ, ਠੀਕ ਹੈ। ਮੈਂ ਇਹਨਾਂ ਨੂੰ ਬਹੁਤ ਇਹਨਾਂ ਦੀ ਰਿਸਪੈਕਟ ਕਰਦਾ। ਮੈਂ ਇੱਥੇ ਆਇਆ, ਮੈਨੂੰ ਇੰਡੀਆ 'ਚ ਪਤਾ ਲੱਗਿਆ ਕਿ ਇਹਨਾਂ ਤੋਂ ਵੱਡਾ ਕੋਈ ਉਸਤਾਦ ਨਹੀਂ ਹੈਗਾ। ਵੈਸੇ ਮੇਰੀ ਖਵਾਹਿਸ਼ ਸੀਗੀ ਮਿਲਣ ਦੀ, ਅਤੇ ਮੇਰੇ ਦੋਸਤ ਨੇ ਪਾਕਿਸਤਾਨ ਦੇ ਕੁਛ ਇਹਨਾਂ ਦੇ ਚੇਲੇ ਨੇ, ਸੁਲਤਾਨ ਗੁਰੂ ਚੌਧਰੀ ਆਸਿਫ ਫ੍ਰੇਸ, ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਉਸਤਾਦ ਨੂੰ ਜ਼ਰੂਰ ਮਿਲੇ, ਅਤੇ ਮੈਂ ਇਹਨਾਂ ਨੂੰ ਮਿਲਣ ਆਇਆ, ਅਤੇ ਕਸਮ ਨਾਲ ਮੇਰੀ ਜਿਹੜੀ ਰੂਹ ਹੈਗੀ ਨਾ, ਖੁਸ਼ ਹੋ ਗਈ ਬਹੁਤ ਜ਼ਿਆਦਾ। ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਆਹ ਨਾ ਕਬੂਤਰਬਾਜ਼ੀ ਦੇ ਸਮੁੰਦਰ ਨੇ, ਸਮੁੰਦਰ ਹਜ਼ਾਰਾਂ ਦੇ ਹਿਸਾਬ ਨਾਲ ਚੇਲੇ ਨੇ, ਅਤੇ ਸਾਡੇ ਉਸਤਾਦ ਬਾਪੂ ਜੈਂਟਾ ਬਾਈ ਮੁਸ਼ੀ ਮੂਲੇ ਵਾਲੇ ਨੇ, ਅਤੇ ਮੈਂ ਸਿਰਫ ਇਹਨਾਂ ਨੂੰ ਮਿਲਣਾ ਆਇਆ ਇੱਕ ਵਾਰੀ, ਅਤੇ ਬਾਕੀ ਹੈ ਬਹੁਤ ਕੁਛ ਲਈ ਬੈਠੇ ਨੇ, ਅਤੇ ਆਪਾਂ ਆਸਤਾ ਆਸਤਾ ਇਹਨਾਂ ਕੋਲ ਪੁੱਛਾਂਗੇ, ਕਈ ਚੀਜ਼ਾਂ ਦੱਸ ਦੇਣਗੇ, ਅਤੇ ਕਿਸ ਆਉਣ ਵਾਲੇ ਟਾਈਮ 'ਚ ਅਸੀਂ ਆਵਾਂਗੇ ਇੱਥੇ, ਅਤੇ ਇਹਨਾਂ ਦੀ ਪ੍ਰੋਪਰ ਇੰਟਰਵਿਊ ਕਰਾਂਗੇ, ਅਤੇ ਜਿੰਨਾ ਵੀ ਜ਼ਿਆਦਾ ਆਪਾਂ ਗਿਆਨ ਲੋਕਾਂ ਨੂੰ ਦੇ ਸਕਦੇ ਹਾਂ ਦਾਂਗੇ। ਜਿਵੇਂ ਆਸਿਫ ਪ੍ਰਿੰਸ ਨੇ ਇੱਕ ਚੈਨਲ ਬਣਾਇਆ ਹੋਇਆ, ਹੋ ਸਕਦਾ ਉਹਨਾਂ ਨੂੰ ਵੀ ਇੱਥੇ ਬੁਲਾਈਏ, ਅਤੇ ਇਹਨਾਂ ਦਾ ਇੰਟਰਵਿਊ ਕਰਵਾਈਏ। ਕੁਛ ਕਹਿਣਾ ਚਾਹੋਗੇ ਤੁਸੀਂ? ਭਾਈ ਸਭ ਭਾਈਓ ਨੂੰ ਨਮਸਕਾਰ ਆਪਦਾ। ਰਾਜ ਭਾਈ ਆਏ ਆਖੇ ਲਈ ਭਾਈ, ਬਹੁਤ ਬੜੀ ਖੁਸ਼ੀ ਹੋਈ। ਮੇਰੇ ਘਰ ਪਰ ਮੁਸੇ ਮਿਲਣਾ ਹੈ, ਮੁਝੇ ਬਹੁਤ ਖੁਸ਼ੀ ਹੋਈ, ਔਰ ਬਹੁਤ 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 ਜ਼ਿਆਦਾ ਕਿਆ ਪਿਆ ਹੈ। ਔਰ ਉਸਤਾਦ ਜੀ, ਉਸਤਾਦ ਜੀ ਬਹੁਤ ਪਿਆਰ ਹੈ, ਜੈਸੇ ਇੱਕ ਬਾਪ ਬਹੁਤ ਪਿਆਰ ਰਾਜ ਭਾਈ ਕੋ ਦਿਲ ਸੇ ਬਹੁਤ ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਹੋਈ। ਸਾਰੇ ਪਰਿਵਾਰ ਸੇ ਮੈਂ ਮਿਲਾ, ਉਨਕੇ ਬੇਟੋ ਸੇ ਮਿਲਾ, ਉਨਕੇ ਭਾਈ ਸੇ ਮਿਲਾ, ਉਨਕੇ ਕਬੂਤਰ ਦੇਖੇ, ਮਜ਼ਾ ਆ ਗਿਆ ਯਾਰ, ਮਜ਼ਾ ਆ ਗਿਆ, ਠੀਕ ਹੈ। ਔਰ ਸਭ ਕਾ ਫਿਰ ਸੇ ਇੱਕ ਵਾਰ ਥੈਂਕ ਯੂ ਹੈ, ਧੰਨਵਾਦ ਹੈ ਭਾਈ। ਸੁਲਤਾਨ ਭਾਈ ਪਾਕਿਸਤਾਨ ਮੇਰੇ ਸ਼ਾਗਿਰਦ ਹੈ, ਸੁਲਤਾਨ ਭਾਈ, ਉਨ ਭਾਈਓ ਨੇ, ਸੁਲਤਾਨ ਭਾਈ ਆਸਿਫ ਭਾਈ, ਉਹਨਾਂ ਨੇ ਭੇਜਿਆ ਮੇਰੇ ਪਾਸ, ਰਾਜ ਭਾਈ ਉਹਨਾਂ ਨੇ ਭੇਜਿਆ ਮੇਰੇ ਕੋਲ। ਮੈਂ ਸਿਰਫ ਯਹਾਂ ਇਨਕੋ ਦੇਖਨੇ ਆਇਆ ਹੂੰ ਕਿ ਕੌਨ ਸਾ ਐਸਾ ਸ਼ਖਸ ਹੈ ਜੋ ਸਮੁੰਦਰ ਹੈ ਕਬੂਤਰਬਾਜ਼ੀ ਮੇਂ। ਹਮ ਆਪਣੀ ਫੀਲਡ ਮੇਂ ਹਮਾਰੇ ਪਾਸ ਹੈ ਛਤਰੀ ਵਾਲੇ ਕਬੂਤਰ, ਔਰ ਜੋ ਮੇਰਾ ਗਰੁੱਪ ਹੈ ਜਾਂ ਜੋ ਹਮਾਰੇ ਉਸਤਾਦ ਹੈ, ਵੋ ਆਪਣੀ ਸਾਰੇ ਵਹਾਂ ਕੇ ਬਾਦਸ਼ਾਹ ਹੈ। ਬਸ ਮੇਰੇ ਕੋ ਇਹ ਹੈ ਕਿ ਇਸ ਦੁਨੀਆ ਕਾ ਬਾਦਸ਼ਾਹ ਕੌਣ ਹੈ, ਜੋ ਮਦਰਾਸੀ ਹੋ ਗਏ ਜਾਂ ਛੱਤ ਵਾਲੇ ਕਬੂਤਰ ਹੋ ਗਏ ਜਾਂ ਦੇਸੀ ਕਬੂਤਰ ਹੋ ਗਏ। ਬਸ ਯਾਰ ਇਨਕੇ ਚਿਹਰੇ ਕਾ ਨੂਰ ਦੇਖ ਕੇ ਨਾ ਆਪ, ਮੈਂ ਕੁਛ ਬੋਲੂੰਗਾ ਨਹੀਂ, ਲਫ਼ਜ਼ ਹੀ ਨਹੀਂ ਹੈ, ਲਫ਼ਜ਼ ਨਹੀਂ ਹੈ ਇਨਕੇ ਖਿਲਾਫ਼ ਬੋਲਨੇ ਕੇ ਲਈ। ਸਭ ਕਾ ਫਿਰ ਸੇ ਇੱਕ ਵਾਰ ਥੈਂਕ ਯੂ, ਮਿਲਤੇ ਹੈ ਆਪ ਲੋਕ, ਠੀਕ ਹੈ।